ਹਰਜੋਤ ਸਿੰਘ ਜੀ ਆਪਾਂ ਡੀਐਨਸੀ ਦੀ ਖਬਰ ਸ਼ੁਰੂਆਤ ਦੇ ਵਿੱਚ ਕੀਤੀ ਸੀ ਉਸ ਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਜਿਹੜੀ ਆ ਰਹੀ ਆ ਕਹਿੰਦੇ 20 ਸੈਂਕੜੇ ਹਜ਼ਾਰੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਵੀ ਡੀਐਨਸੀ ਦੇ ਬਾਹਰ ਜਿਹੜੇ ਉਹ ਨਾਹਰੇਬਾਜੀ ਵੀ ਕੀਤੀ ਇਥੋਂ ਤੱਕ ਕੀ ਜਿਹੜੇ ਸਿਕਿਉਰਟੀ ਫੈਂਸ ਆ ਉਸ ਨੂੰ ਵੀ ਕਹਿੰਦੇ ਟੀਅਰ ਡਾਊਨ ਕਰ ਦਿੱਤਾ ਹਜ਼ਾਰਾਂ ਹੀ ਲੋਕਾਂ ਨੇ ਬਾਹਰ ਮਾਰਚ ਪ੍ਰੋਟੈਸਟ ਜਿਹੜੇ ਆ ਉਹ ਕੱਢੇ ਆ ਜੋ ਕਿ ਸ਼ਿਕਾਗੋ ਦੇ ਵਿੱਚ ਹੋ ਰਿਹਾ ਖਾਸ ਕਰਕੇ ਗਾਜ਼ਾ ਦੇ ਵਿੱਚ ਜੋ ਲੜਾਈ ਲੱਗੀ ਪਈ ਆ ਉਸ ਵਾਰ ਦੀ ਆਪੋਜੀਸ਼ਨ ਨੂੰ ਲੈ ਕੇ ਹਜ਼ਾਰਾਂ ਹੀ ਲੋਕ ਡੀਐਨਸੀ ਦੇ ਬਾਹਰ ਜਿਹੜੇ ਆਏ ਕਹਿੰਦੇ ਵੀ ਪਰਿਵਾਰ ਇੱਥੋਂ ਤੱਕ ਕੀ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਇਸ ਟ੍ਰੋਲਰਸ ਦੇ ਵਿੱਚ ਸਟੂਡੈਂਟ ਵੀ ਸੀਗੇ ਇਲੈਕਟ੍ਰਿਕ ਲੀਡਰਸ ਸਾਰੇ ਜਾਣੇ ਉਹ ਸਾਈਨ ਹੱਥ ਦੇ ਵਿੱਚ ਫੜੀ ਬੈਠੇ ਸੀਗੇ ਯੂਨਾਈਟਿਡ ਸੈਂਟਰ ਦੇ ਬਾਹਰ ਵੀ ਗਾਜ਼ਾ ਦੇ ਵਿੱਚ ਜੋ ਇਜ਼ਰਾਈਲ ਹਮਾਸ ਦੀ ਲੜਾਈ ਲੱਗੀ ਆ ਉਸ ਦੇ ਵਿੱਚ ਸੀਜ਼ਫਾਇਰ ਹੋਵੇ ਅਨਕਮਿਟਿਡ ਡੈਲੀਗੇਟਸ ਨੇ ਆਲਰੇਡੀ ਕਮਲਾ ਹੈਰਿਸ ਨੂੰ ਕਈ ਜਿਹੜੇ ਸਵਾਲ ਆ ਉਹ ਪੁੱਛ ਰਹੇ ਆ ਵੀ ਭਾਈ ਇਸ ਦੇ ਵਿੱਚ ਤੁਸੀਂ ਕੀ ਕਰੋਗੇ ਵੀ ਬਾਜੀ ਵੀ ਤੁਸੀਂ ਹੁਣ ਗਾਜ਼ਾ ਦੇ ਲੋਕਾਂ ਦੇ ਹੱਕ ਦੇ ਵਿੱਚ ਆ ਇਜ਼ਰਾਈਲ ਦੇ ਹੱਕ ਚ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਚੱਲ ਰਹੇ ਆ ਸੋ ਸ਼ਿਕਾਗੋ ਦੇ ਜਿਹੜੇ ਪੁਲਿਸ ਸੁਪਰੀਡੈਂਟ ਨੇ ਲੈਰੀ ਸਨਲਿੰਗ ਉਹਨਾਂ ਨੇ ਕਿਹਾ ਵੀ ਕਈ ਜਿਹੜੇ ਪ੍ਰੋਟੈਸਟਰਸ ਨੇ ਜਿਹੜੀ ਫੈਂਸ ਬਣਾਈ ਸੀ ਉਸ ਦੇ ਉੱਤੇ ਪਾਣੀ ਦੀਆਂ ਬੋਤਲਾਂ ਵੀ ਛੁੱਟੀਆਂ ਤੇ ਕੁਝ ਹੋਰ ਆਈਟਮਸ ਵੀ ਪੁਲਸ ਵਾਲਿਆਂ ਦੇ ਉੱਤੇ ਜਿਹੜੀ ਉਹ ਛੁੱਟੀ ਕਹਿੰਦੇ ਵੀ ਪੁਲਸ ਨੇ ਇਸ ਪੂਰੇ ਮਾਮਲੇ ਨੂੰ ਡੀਐਸਕੇਲੇਟ ਕੀਤਾ ਠੰਡਿਆਂ ਜਿਹੜਾ ਉਹ ਕਰ ਦਿੱਤਾ ਆਪਣੇ ਬਟਾਉਣ ਜਾਂ ਕੈਮੀਕਲਸ ਦੀ ਵਰਤੋਂ ਕੀਤੇ ਬਿਨਾਂ ਕਹਿੰਦੇ ਵੀ ਕੁਝ ਲੋਕ ਇਸ ਭੀੜ ਦੇ ਵਿੱਚ ਕੁਝ ਭੈਠ ਕਰਕੇ ਜਾਣਬੁੱਝ ਕੇ ਵਾਇਲੈਂਸ ਜਿਹੜੀ ਆ ਹਿੰਸਾ ਜਿਹੜੀ ਉਹ ਕਰ ਰਹੀ ਸੀ ਵੈਂਡਲਿਜ਼ਮ ਵੱਲ ਨੂੰ ਜਿਹੜਾ ਉਹ ਵਧਾ ਰਹੇ ਸੀ ਅਸੀਂ ਉਸ ਨੂੰ ਜਿਹੜਾ ਉਹ ਰੋਕਣਾ ਚਾਹੁੰਦੇ ਆ ਅ ਮੈਂਬਰਸ ਦੇ ਦੁਆਰਾ ਪ੍ਰੋਟੈਸਟਸ ਦੇ ਦੁਆਰਾ ਉਥੇ ਬਾਹਰ ਐਂਡ ਦੀ ਓਕੂਪੇਸ਼ਨ ਨਾਓ ਦਾ ਹੋਲ ਵਰਲਡ ਇਜ਼ ਵਾਚਿੰਗ ਇਦਾਂ ਦੇ ਜਿਹੜੇ ਨਾਅਰੇਆਂ ਦੇ ਨਾਲ ਜਿਹੜੀ ਆ ਉਹ ਗੂੰਜਦੀ ਰਹੀ 1968 ਦੇ ਵਿੱਚ ਜਿਹੜੀ ਕਨਵੈਨਸ਼ਨ ਹੋਈ ਸੀ ਜਿਹੜੋ ਹਰਜੋਤ ਸਿੰਘ ਜੀ ਉਦੋਂ ਐਂਟੀ ਵੇਟਨਾਮ ਵਾਰ ਦੇ ਜਿਹੜੇ ਨਾਰੇ ਆ ਇਸ ਤਰੀਕੇ ਦੇ ਨਾਲ ਹੀ ਉਦੋਂ ਲੱਗ ਰਹੇ ਸੀਗੇ ਸੋ ਮਾਰਚ ਉਸ ਦਿਨ ਹੋਈ ਆ ਖਾਸ ਕਰਕੇ ਜਦੋਂ ਪ੍ਰੈਜ਼ੀਡੈਂਟ ਸਿਟਿੰਗ ਪ੍ਰੈਜ਼ੀਡੈਂਟ ਜਿਹੜੇ ਬਾਈਡਨ ਨੇ ਉਹਨਾਂ ਨੇ ਉਥੇ ਭਾਸ਼ਣ ਦੇਤਾ ਸੀ ਅਗਲੀ ਖਬਰ ਜਿਹੜੀ ਆ ਉਹ ਆਪਾਂ ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੀ ਕਰਦੇ ਹੈਗੇ ਆ ਕੈਲ ਮੈਟਰਜ਼ ਇੱਕ ਮੈਗਜ਼ੀਨ ਹੈਗਾ ਆ ਇਹ ਨਾਨ-ਪ੍ਰੋਫਿਟ ਨਿਊਜ਼ ਆਰਗੇਨਾਈਜੇਸ਼ਨ ਆ ਕੈਲੀਫੋਰਨੀਆ ਦੇ ਵਿੱਚ ਕੀ ਕੁਝ ਵਾਪਰਦਾ ਹੈਗਾ ਉਹਦੇ ਬਾਰੇ ਉਹ ਹਮੇਸ਼ਾ ਹੀ ਲਿਖਦੇ ਰਹਿੰਦੇ ਹੈਗੇ ਆ ਅੱਜ ਉਹਨਾਂ ਨੇ ਕ੍ਰਾਈਮ ਦੇ ਉੱਤੇ ਲਿਖਿਆ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਕ ਟਾਈਮ ਦੇ ਉੱਤੇ ਕ੍ਰਾਈਮ ਬਹੁਤ ਵੱਡਾ ਇਸ਼ੂ ਸੀ ਹੁਣ ਫੇਰ ਉਹੀ ਜਿਹੜਾ ਆ ਦੁਆਰਾ ਕੀ ਆ ਗਿਆ ਅੱਜ ਤੋਂ 35-40 ਸਾਲ ਪਹਿਲਾਂ ਵੀ ਇਹੇ ਕੁਝ ਵਾਪਰਿਆ ਸੀਗਾ ਜਾਰਜ ਡਿਕਮਿਜ਼ੀਨ ਜਿਹੜੇ ਸੀਗੇ ਇਹ ਰਿਪਬਲਿਕਨ ਅਟਾਰਨੀ ਜਨਰਲ ਸੀਗੇ 1982 ਦੇ ਵਿੱਚ ਗਵਰਨਰ ਵੀ ਬਣੇ ਉਹਨਾਂ ਤੋਂ ਬਾਅਦ ਪੀਟ ਵਿਲਸਨ 1990 ਦੇ ਵਿੱਚ ਜਿਹੜੇ ਗਵਰਨਰ ਬਣੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਕ੍ਰਾਈਮ ਤੇ ਬਹੁਤ ਕੰਟਰੋਲ ਕੀਤਾ ਸੀਗਾ 1986 ਦੇ ਵਿੱਚ ਤਾਂ ਸਿਚੁਏਸ਼ਨ ਇਹ ਬਣ ਗਈ ਸੀ ਕਹਿੰਦੇ ਭਈ ਤਿੰਨ ਲਿਬਰਲ ਮੈਂਬਰ ਜਿਹੜੇ ਆ ਸਟੇਟ ਸੁਪਰੀਮ ਕੋਰਟ ਦੇ ਤੇ ਜਿਨ੍ਹਾਂ ਚ ਚੀਫ ਜਸਟਿਸ ਰੋਜ਼ਵਰਡ ਵੀ ਸੀ ਉਹਨਾਂ ਨੂੰ ਵੀ ਰਿਮੂਵ ਕਰ ਦਿੱਤਾ ਗਿਆ ਸੀ ਉਹ ਤੋਂ ਬਾਅਦ ਜਿਹੜੇ ਡੈਮੋਕ੍ਰੇਟਸ ਆ ਉਹ ਫਿਰ ਕੰਟਰੋਲ 'ਚ ਆ ਗਏ ਤੇ 80s 90s ਉਹ ਤੋਂ ਬਾਅਦ ਇੱਕ 3 ਸਟ੍ਰਾਈਕ ਲਾ ਵੀ ਬਣਿਆ ਸੀ 94 ਦੇ ਵਿੱਚ ਜਿਹੜਾ ਰਿਪਬਲਿਕਨਸ ਨੇ ਬਣਾਇਆ ਸੀ ਤੇ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਜੇਲ੍ਹ ਦੇ ਵਿੱਚ ਸੀ ਕਿ ਜੇ ਤਿੰਨ ਵਾਰ ਤੁਸੀਂ ਕ੍ਰਾਈਮ ਕਰੋਗੇ ਤੇ ਪੱਕਾ ਤੁਸੀਂ ਲਾਈਫ ਦੇ ਲਈ ਅੰਦਰ ਚਲੇ ਜਾਓਗੇ ਉਹ ਤੋਂ ਬਾਅਦ ਜਿਹੜੀ ਕੈਲੀਫੋਰਨੀਆ ਦੀ ਸਟੇਟ ਆ ਡੈਮੋਕ੍ਰੇਟਸ ਦੇ ਕੰਟਰੋਲ ਦੇ ਵਿੱਚ ਆ ਗਈ ਤੇ ਇਹ ਸਾਰੇ ਜਿਹੜੇ ਲਾਅ ਸੀ ਉਹਨਾਂ ਨੇ ਉਹਨਾਂ ਨੂੰ ਰਿਵਰਸ ਕਰਨਾ ਸ਼ੁਰੂ ਕਰ ਦਿੱਤਾ ਇਸ ਟਾਈਮ ਦੇ ਉੱਤੇ ਜਿਹੜੀ ਇਨਮੇਟ ਪੋਪੂਲੇਸ਼ਨ ਆ ਕੈਦੀਆਂ ਦੀ ਉਹੋ ਅੱਧੀ ਰਹਿ ਗਈਆਂ ਬਹੁਤ ਸਾਰੀਆਂ ਜੇਲਾਂ ਜਿਹੜੀਆਂ ਕਲੋਜ਼ ਹੋ ਚੁੱਕੀਆਂ ਹੈਗੀਆਂ ਸਟੇਟ ਦੇ ਵਿੱਚ ਪ੍ਰੋਪਰਟੀ ਕਰਾਇਮ ਬਹੁਤ ਜ਼ਿਆਦਾ ਵਧਿਆ ਜਿੱਦਾਂ ਸ਼ਾਪ ਲਿਫਟਿੰਗ ਕਾਰ ਵਰਗਲੀਜ਼ ਅ ਸਮੈਸ਼ ਗ੍ਰੈਬਸ ਵਾਇਲੈਂਟ ਕਰਾਇਮ ਵੀ ਬਹੁਤ ਹੋਇਆ ਤੇ ਇਸ ਵਾਰੀ ਫੇਰ ਜਿਹੜਾ ਪੋਲੀਟੀਕਲ ਆ ਇਸ਼ੂ ਆ ਉਹੋ ਕਰਾਇਮ ਬਣਿਆ ਹੋਇਆ ਹੈਗਾ ਰੀਟੇਲਰਸ ਜਿਨ੍ਹਾਂ ਚ ਆਪਣੇ ਭੈਣ ਭਰਾ ਬਹੁਤ ਆਂਦੇ ਆ ਲਿਕਰ ਸਟੋਰ ਗੈਸ ਸਟੇਸ਼ਨਾਂ ਵਾਲੇ 711 ਤੇ ਲਾ ਇਨਫੋਰਸਮੈਂਟ ਗਰੁੱਪ ਤੇ ਲੋਕਲ ਗਵਰਨਮੈਂਟ ਅਫੀਸ਼ਰ ਬਹੁਤ ਸਾਰੀਆਂ ਸਿਟੀਜ਼ ਦੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਆ ਉਹ ਬੜੇ ਔਖੇ ਹੈਗੇ ਆ ਉਹ ਕਹਿੰਦੇ ਆ ਵੀ ਜਿਹੜੀ ਪ੍ਰੋਪੋਜੀਸ਼ਨ 36 ਆ ਉਹਦੀ ਜਿਹੜੀ ਆ ਉਹਨੂੰ ਬੈਲਟ ਤੇ ਜਿਹੜਾ ਲੈ ਕੇ ਆਣਾ ਹੈ ਆ ਉਹ ਦੇ ਨਾਲ ਜਿਹੜੀ ਪਨਿਸ਼ਮੈਂਟ ਆ ਕਰਾਈਮਸ ਨੂੰ ਹੋਣੀ ਹੈਗੀ ਆ ਉਹ 19 ਨਹੀਂ ਹੋਣੀ ਜਿੰਨੀ ਕੇ ਪ੍ਰੋਪੋਜੀਸ਼ਨ 47 ਨੂੰ ਰਿਪੀਲ ਕਰਨ ਤੇ ਹੋਣੀ ਸੀ گورنر ਗੈਬਰ ਨਿਊਸਮ ਨੇ ਕੋਸ਼ਿਸ਼ ਕੀਤੀ ਹੈਗੀ ਆ ਇੱਕ ਸੌਫਟਨਰ ਸੌਫਟਵਰ ਕਾਊਂਟਰ ਮੀਜਰ ਦੇ ਲਈ ਹੈ ਨਾ ਇਹ ਪ੍ਰੋਪੋਜੀਸ਼ਨ 36 ਦੇ ਵਿੱਚ ਇਹ 10 ਬਿਲ ਉਸ ਨੇ ਜਿਹੜੇ ਪੈਕੇਜ ਕੀਤੇ ਹੈਗੇ ਆ ਪਰ ਕਹਿੰਦੇ ਵੀ ਇਹਦੇ ਨਾਲ ਕਰਾਈਮ ਦੇ ਉੱਤੇ ਇੰਨਾ ਜ਼ਿਆਦਾ ਅਸਰ ਨਹੀਂ ਹੋਣਾ ਹੈਗਾ ਪਿਛਲੇ ਸ਼ੁੱਕਰਵਾਰ ਨੂੰ ਗਵਰਨਰ ਗੈਵਨ న్యూਸਮ ਹੁਣੇ ਇੱਥੇ ਸਾਡੇ ਸੈਨੋਜ਼ੇ ਆਏ ਹੋਏ ਸੀ ਹੋਮ ਡਿਪੋ ਦੇ ਵਿੱਚ ਉਹਨਾਂ ਨੇ ਉੱਥੇ ਇਹ ਬਿੱਲ ਜਿਹੜੇ ਆ ਸਾਈਨ ਕੀਤੇ ਹੈਗੇ ਆ ਕਹਿੰਦੇ ਭਈ ਇਹਦੇ ਨਾਲ ਜਿਹੜਾ ਕ੍ਰਾਈਮ ਆ ਉਹ ਘਟੂਗਾ ਜੀ ਪ੍ਰੋਪੋਜੀਸ਼ਨ 36 ਦੇ ਜਿਹੜੇ ਐਡਵੋਕੇਟਸ ਆ ਉਹ ਵਾਲੇ ਇੰਪ੍ਰੈਸ ਨਹੀਂ ਹੈਗੇ ਉਹ ਇਹ ਕਹਿ ਰਹੇ ਆ ਕਿ ਕੈਲੀਫੋਰਨੀਆ ਦੇ ਵਿੱਚ ਡਰੱਗ ਦਾ ਕ੍ਰਾਈਮ ਦਾ ਕ੍ਰਾਈਸਿਸ ਬਹੁਤ ਵੱਡਾ ਹੈਗਾ ਇਹਦਾ ਰੂਟ ਕੌਜ਼ ਜਿਹੜਾ ਲੱਭਣ ਵਾਲੀ ਗੱਲ ਹੈਗੀ ਆ ਪਰ ਪਿਛਲੇ 15-20 ਸਾਲਾਂ ਦੇ ਵਿੱਚ ਜਿਹੜੇ ਵੀ ਲੋਕ ਪਾਵਰ ਦੇ ਵਿੱਚ ਆ ਉਹ ਇਸ ਨੂੰ ਰੋਕ ਨਹੀਂ ਸਕੇ بار-बार ਜਿਹੜੇ ਚੋਰੀ ਕਰਨ ਵਾਲੇ ਹਬਿਚੁਅਲ ਰਿਪੀਟ ਥੈਫਟ ਜਿਨ੍ਹਾਂ ਦੀ ਆਦਤ ਬਣ ਚੁੱਕੀ ਚੋਰੀ ਕਰਨ ਦੀ ਫੈਂਟਲੀਨ ਐਮਡੈਮਿਕ ਬਹੁਤ ਜ਼ਿਆਦਾ ਹੋਇਆ ਹੈ ਹோம்ਲੈਸਨੈਸ ਕ੍ਰਾਈਸਿਸ ਬਹੁਤ ਵੱਡਾ ਹੋਇਆ ਹੈਗਾ ਆ इवन दो ਗੈਬਰਨ ਨਿਊਸਮ ਹੁਣੀ 10 ਬਿਲ ਸਾਈਨ ਕੀਤੇ ਆ ਯੂਸੀ ਦੀ ਵਰਕਲਿੰ ਇੰਸਟੀਟਿਊਟ ਆਫ ਗਵਰਨਮੈਂਟ ਸਟੱਡੀਜ਼ ਨੇ ਇੱਕ ਪੋਲ ਡਾਟਾ ਸ਼ੋ ਕੀਤਾ ਆ ਕਿ ਪ੍ਰੋਪੋਜੀਸ਼ਨ 36 ਲੀਡ ਕਰ ਰਹੀ ਆ 56% ਟੂ 23% ਦੇ ਵਿੱਚ ਸੋ ਇੱਕ ਵਾਰੀ ਫੇਰ ਕੈਲੀਫੋਰਨੀਆ ਦੇ ਵਿੱਚ ਜਿਹੜਾ ਕ੍ਰਾਈਮ ਵਾਲਾ ਇਸ਼ੂ ਆ ਓਹੋ ਪੋਲਿਟিক্যাল ਇਸ਼ੂ ਬਣਿਆ ਹੋਇਆ ਹੈ ਤੇ ਨੇਚਰਲੀ ਆਮ ਲੋਕ ਜਿਹੜੇ ਆ ਇਹਨਾਂ ਦੇ ਉੱਤੇ ਬਹੁਤ ਅਫੈਕਟ ਹੋ ਰਿਹਾ ਤੇ ਲੋਕ ਜਿਹੜਾ ਇਸ ਗੱਲ ਦਾ ਰੌਲਾ ਵੀ ਪਾ ਰਹੇ ਨੇ ਜੀ ਜੀ ਬਿਲਕੁਲ ਉਧਰ ਹਰਜੋਤ ਸਿੰਘ ਜੀ ਇਹ ਵੀ ਦੱਸਦੇ ਜਾਈਏ ਵੀ ਗੈਵਿਨ ਨਿਊਸਨ ਜੋ ਕਿ ਬਾਈਡਨ ਹੁਣਾ ਦੇ ਵੱਲੋਂ ਜਾ ਕੇ ਕਈ ਥਾਵਾਂ ਤੇ ਉਹਨਾਂ ਨੇ ਪ੍ਰਚਾਰ ਵੀ ਕੀਤਾ ਤੇ ਕਹਿੰਦੇ ਹੁਣ ਉਹ ਰਾਜ ਹੈ ਲੱਭਣ ਦੇ ਆ ਵੀ ਕਮਲਾ ਹੈਰਿਸ ਦੇ ਕੈਂਪੇਨ ਦੇ ਲੱਗੇ ਕਿੰਨਾ ਨਜ਼ਦੀਕ ਜਾਇਆ ਜਿਹੜਾ ਹੋ ਜਾਵੇ ਕਿਉਂਕਿ ਉਹ ਮਿਸ ਆਊਟ ਨਹੀਂ ਕਰਨਾ ਚਾਹੁੰਦੇ ਲਾਈਮਲਾਈਟ ਦੇ ਵਿੱਚ ਰਹਿਣ ਖਣੋਂ ਵੀ ਆ ਬਾਕੀ ਜੋ ਹਾਲਾਤ ਬਣੇ ਆ ਜਿਸ ਤਰੀਕੇ ਦੇ ਹਾਲਾਤ ਬਣੇ ਸੀਗੇ ਕੈਲੀਫੋਰਨੀਆ ਦੇ ਵਿੱਚ ਜੋ ਚੱਲ ਰਹੇ ਆ ਉਹਦੇ ਨਾਲ ਗੈਵਨ ਨਿਊਸਮ ਦੀ ਤੋਏ ਤੋਏ ਤਾਂ ਜਿਹੜੀ ਉਹ ਬਥੇਰੀ ਹੋਈ ਆ ਇਸੇ ਲਈ ਦੇਖਿਆ ਗਿਆ ਵੀ ਗੈਵਨ ਨਿਊਸਮ ਦਾ ਨਾਂ ਤਾਂ ਉਹ ਚਾਹੇ ਉਹ ਬਹੁਤ ਆਉਂਦਾ ਰਿਹਾ ਵੀ ਇਹ ਵੀ ਇੱਕ ਕੈਂਡੀਡੇਟ ਦੇ ਤੌਰ ਤੇ ਹੋ ਸਕਦਾ ਆ ਹਾਂ ਇਹ ਜ਼ਰੂਰ ਆ ਵੀ ਅਗਲੇ 4 ਸਾਲਾਂ ਨੂੰ ਇਹ ਜਿਹੜੀ ਜ਼ਰੂਰ ਕੋਸ਼ਿਸ਼ ਅ ਜਿਹੜੇ ਉਹ ਕਰੂਗਾ ਸੋ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਕਹਿੰਦੇ ਅਖੀਰ ਤੱਕ ਜਿਹੜਾ ਨਿਊਸਮ ਉਹ ਖੜਾ ਰਿਹਾ ਤੇ ਹੁਣ ਘੱਟ ਵਿਜ਼ੀਬਲ ਰੋਲ ਦੇ ਵਿੱਚ ਆ ਬਹੁਤਾ ਦੇਖ ਨਹੀਂ ਰਿਹਾ ਕੈਂਪੇਨ ਜਿਹੜਾ ਕਮਲਾ ਹੈਰਿਸ ਦਾ ਕੈਂਪੇਨ ਆ ਉਸ ਨੂੰ ਜਿਹੜਾ ਉਹ ਲੈ ਕੇ ਡੀ ਐਨ ਸੀ ਦੇ ਵਿੱਚ ਇਸ ਨੇ ਬੋਲਣਾ ਤਾਂ ਜਿਹੜਾ ਉਹ ਜ਼ਰੂਰ ਹੈਗਾ ਆ ਸੋ ਆਪਣੇ ਆਪ ਨੂੰ ਪ੍ਰੋਮਿਨੈਂਟ ਰੱਖਣ ਦੇ ਲਈ ਇਨ ਕੈਲੋ ਵੀ ਨਿਊਜ਼ ਦੇ ਵਿੱਚ ਰੱਖਣ ਦੇ ਲਈ ਉਹ ਕੁਛ ਨਾ ਕੁਛ ਜਿਹੜਾ ਉਹ ਨਾਲ ਦੇ ਨਾਲ ਕਰ ਰਹੇ ਹੈਗੇ ਆ ਸੋ lettes see ਕੀ ਜਿਹੜਾ ਇਸ ਦੇ ਵਿੱਚ ਅੱਗੇ